ਸਿੱਧੂ ਸਾਹਿਬ ਜੇ ਸਿੰਸੇਅਰ ਹੈ ਕੈਪਟਨ ਕਿ ਨਸ਼ੇ ਦੇ ਖਿਲਾਫ ਜੋ ਉਹਨਾਂ ਮਿਨਿਸਟਰ ਕਹਿ ਰਿਹਾ ਮੈਂ ਨਸ਼ਾ ਗੋਣਾ ਹੈ ਆਈ ਥਿੰਕ ਯੂ ਸ਼ੁੱਡ ਬੀ ਡਿਸਮਿਸਡ। ਗੁਰੂ ਸਾਹਿਬ ਦਾ ਰਸਤਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣ ਤੇ ਉਸ ਰਸਤੇ ਤੇ ਚੱਲਣ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸੌਂ ਖਾਧੀ ਉਹ ਸੌਂ ਨੂੰ ਨਾ ਅਫੀਮ ਦੀ ਖੇਤੀ ਦਾ ਸਮਰਥਨ ਕਰਨ ਵਾਲੇ ਨਵਜੋਤ ਸਿੱਧੂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਹੈ। ਜੀ ਹਾਂ, ਇਹ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ। ਲੁਧਿਆਣਾ ਪਹੁੰਚੇ ਬਾਦਲ ਨੇ ਸਿੱਧੂ ਤੇ ਵਰਦਿਆਂ ਕਿਹਾ ਕਿ ਜਿਹੜੀ ਕਾਂਗਰਸ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਨਸ਼ੇ ਨੂੰ ਖਤਮ ਕਰਨ ਦਾ ਪ੍ਰਣ ਲਿਆ ਸੀ, ਅੱਜ ਉਸੇ ਦਾ ਮੰਤਰੀ ਨਸ਼ੇ ਦੀ ਖੇਤੀ ਦਾ ਸਮਰਥਨ ਕਰ ਰਿਹਾ ਹੈ ਤਾਂ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਸਿੱਧੂ ਨੂੰ ਡਿਸਮਿਸ ਕਰ ਦੇਵੇ। ਕਾਂਗਰਸ ਗੁਟਕਾ ਸਾਹਿਬ ਤੇ ਕੈਪਟਨ ਸਾਹਿਬ ਨੇ ਸੌਂ ਖਾਧੀ ਸੀ ਕਿ ਮੈਂ ਨਸ਼ਾ ਖਤਮ ਕਰੂੰ। ਇੱਥੇ ਕੈਪਟਨ ਸਾਹਿਬ ਨਸ਼ਾ ਉਗਾਉਣ ਤੇ ਲੱਗੇ। ਮੈਂ ਕਹਿੰਦਾ ਕਿ ਸਿੱਧੂ ਸਾਹਿਬ ਜੇ ਸਿੰਸੇਅਰ ਹੈ ਕੈਪਟਨ ਕਿ ਨਸ਼ੇ ਦੇ ਖਿਲਾਫ ਜੋ ਉਹਨਾਂ ਮਿਨਿਸਟਰ ਕਹਿ ਰਿਹਾ ਮੈਂ ਨਸ਼ਾ ਗਾਉਣਾ ਹੈ ਆਈ ਥਿੰਕ ਯੂ ਸ਼ੁੱਡ ਬੀ ਡਿਸਮਿਸਡ। ਉਧਰ ਮਜੀਠੀਆ ਨੇ ਨਸ਼ੇ ਦੀ ਖੇਤੀ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਸਿਆਣਾ ਮੰਤਰੀ ਕਰਾਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਜਿਸ ਕਾਂਗਰਸ 'ਚ ਸਿੱਧੂ ਵਰਗੇ ਮੰਤਰੀ ਨਸ਼ੇ ਦੀ ਖੇਤੀ ਦਾ ਸਮਰਥਨ ਕਰ ਰਹੇ ਨੇ, ਉਸੇ 'ਚ ਕੁਝ ਸਿਆਣੇ ਮੰਤਰੀ ਵੀ ਨੇ ਜੋ ਨਸ਼ੇ ਦਾ ਵਿਰੋਧ ਕਰ ਰਹੇ ਨੇ। ਮੈਨੂੰ ਇਸ ਗੱਲ ਦੀ ਬੜੀ ਸੰਤੁਸ਼ਟੀ ਹੈ ਕਿ ਕੋ ਦੋ ਚਾਰ ਸਿਆਣੇ ਵਜ਼ੀਰ ਵੀ ਸਰਕਾਰ 'ਚ ਨੇ ਜਿਨ੍ਹਾਂ ਨੇ ਸਪਸ਼ਟ ਤੌਰ 'ਤੇ ਬਾਜਵਾ ਸਾਹਿਬ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ ਇਹ ਬਿਲਕੁਲ ਠੀਕ ਬਿਆਨ ਦਿੱਤਾ ਕਿ ਗੁਰੂ ਸਾਹਿਬ ਦਾ ਰਸਤਾ ਕੀ ਹੈ। ਗੁਰੂ ਸਾਹਿਬ ਦਾ ਰਸਤਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣ ਦਾ ਤੇ ਉਸ ਰਸਤੇ ਤੇ ਚੱਲਣ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸੌਂ ਖਾਧੀ ਉਹ ਸੌਂ ਨੂੰ ਨਾ ਪੁੱਛੋ। ਲੁਧਿਆਣਾ ਤੋਂ ਵਿਵੇਕ ਢਾਲ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।